ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ, ਸਿਫਤ ਅਕੈਡਮੀ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ 'ਚ ਤੁਹਾਨੂੰ ਜਾਣਕਾਰੀ ਦੇ ਰਹੇ ਜਾ ਰਹੇ ਹਾਂ ਬੈਂਕ ਆਫ ਬੜੌਦਾ ਵਿੱਚ ਜੋ ਨਵੀਆਂ ਪੋਸਟਾਂ ਆਈਆਂ ਨੇ ਉਹਨਾਂ ਦਾ ਜੋ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜੇਕਰ ਤੁਸੀਂ ਮੇਰੇ ਚੈਨਲ 'ਤੇ ਫਸਟ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ। ਇਹ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਜੋ ਬੈਂਕ ਆਫ ਬੜੌਦਾ, ਇਹਦੇ 'ਚ ਮੈਨੇਜਰ, ਹੈੱਡ ਅਤੇ ਬਾਕੀ ਹੋਰ ਕਈ ਕੈਟਾਗਰੀ ਨੇ ਉਹ ਨੀਚੇ ਲਿਖੀਆਂ ਪਈਆਂ ਨੇ, ਤੁਸੀਂ ਉਹ ਦੇਖ ਸਕਦੇ ਹੋ। ਉਹਦੇ ਵਿੱਚ ਕਾਫੀ ਕੈਟਾਗਰੀ 'ਚ ਇਹਨਾਂ ਨੂੰ ਡਿਵਾਈਡ ਕੀਤਾ ਹੋਇਆ। ਟੋਟਲ 511 ਪੋਸਟਾਂ ਨੇ। 9/4/2021 ਦੀ ਸਟਾਰਟ ਡੇਟ ਹੈ, ਲਾਸਟ ਡੇਟ ਹੈ 29/4/2021। ਜਰਨਲ ਦੇ ਲਈ 600 ਰੁਪਇਆ, ਐੱਸ ਸੀ ਐੱਸ ਟੀ ਪੀ ਡਬਲਯੂ ਡੀ ਵੋਮੈਨ ਦੇ ਲਈ 100 ਰੁਪਇਆ। ਇਹ ਤੁਸੀਂ ਨੀਚੇ ਕੈਟਾਗਰੀ ਦੇਖ ਸਕਦੇ ਹੋ ਇਹਨਾਂ ਦੀ, ਇਹਨਾਂ ਨੂੰ ਅਲੱਗ ਅਲੱਗ ਕੈਟਾਗਰੀ 'ਚ ਵੰਡਿਆ ਹੋਇਆ ਹੈ। ਇਹ ਦੇਖੋ, ਇੰਸੀਨੀਅਰ ਰਿਲੇਸ਼ਨਸ਼ਿਪ 407, 24 ਤੋਂ 35 ਸਾਲ ਇਹਨਾਂ ਦੀ ਏਜ ਰੱਖੀ ਹੈ। ਈ ਵੈਲਥ ਰਿਲੇਸ਼ਨਸ਼ਿਪ ਮੈਨੇਜਰ, ਟੈਰੇਟਰੀ ਹੈੱਡ, ਗਰੁੱਪ ਹੈੱਡ, ਪ੍ਰੋਡਕਟ ਹੈੱਡ, ਹੈੱਡ ਡਿਜੀਟਲ ਸੇਲਸ ਮੈਨੇਜਰ, ਆਈ ਟੀ ਫੰਕਸ਼ਨਲ ਐਨਲਿਸਟ। ਇਹ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਸਾਰੀਆਂ ਇਹਨਾਂ ਨੇ ਅਲੱਗ ਅਲੱਗ ਕੈਟਾਗਰੀ 'ਚ ਵੰਡਿਆ ਹੋਇਆ। ਸਾਹਮਣੇ ਤੁਹਾਡੇ ਏਜ ਹੈ। ਬਾਕੀ ਮੈਂ ਇਹਦੀ ਪੀ ਡੀ ਐੱਫ ਫਾਈਲ ਹੈ, ਉਹਦੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪੀ ਡੀ ਐੱਫ ਫਾਈਲ ਦੇ ਦਿੱਤੀ ਹੈ, ਉਹਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਇਹਨਾਂ ਨੇ ਕਿੰਨੀ ਏਜ ਮੰਗੀ ਹੈ, ਸਾਰਾ ਕੁਝ ਉਹਦੇ ਵਿੱਚ ਡਿਟੇਲ ਵਿੱਚ ਤੁਹਾਨੂੰ ਮਿਲ ਜਾਊਗਾ। ਅਤੇ ਨਾਲ ਮੈਂ ਜਿੱਥੇ ਤੁਸੀਂ ਔਨਲਾਈਨ ਅਪਲਾਈ ਕਰਨਾ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦਿੱਤਾ ਹੈ, ਤੁਸੀਂ ਉਸ 'ਤੇ ਔਨਲਾਈਨ ਜਾ ਕੇ ਅਪਲਾਈ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ। ਤੁਹਾਡਾ ਬਹੁਤ ਬਹੁਤ ਧੰਨਵਾਦ।